ਅਸਲਾਮ ਅਲੈਕਮ ਜੀ, ਵੈਲਕਮ ਟੂ ਮਾਨ ਖਾਨ ਪਿਜਨਸ। ਸਭ ਤੋਂ ਪਹਿਲੇ ਜਿਹਨਾਂ ਭਾਈਆਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਸਾਡੀ ਪਰਿਵਾਰ ਦੀ ਛੱਤ ਅੱਜ ਭਾਈ ਖਤਮ ਹੋ ਗਈ ਹੈ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਤੁਹਾਨੂੰ ਸੌ ਕਰਾਉਂਦੇ ਹਾਂ। ਉੱਪਰ ਸੈਟਅਪ ਸ਼ੁਰੂ ਕੀਤੇ ਆ, ਤੁਹਾਨੂੰ ਪਤਾ ਅਤੇ ਇਨਸ਼ਾਅੱਲਾ ਬਿਹਤਰ ਹੋਏਗਾ ਇਸ ਨਾਲੋਂ। ਅਤੇ ਇੱਥੇ ਜਲੇ ਸ਼ਾਲੇ ਲਾਤ ਲੈ ਗਏ ਹਾਂ, ਕੱਲ੍ਹ ਮੌਸਮ ਖਰਾਬ ਸੀ ਨਹੀਂ ਤਾਂ ਉੱਪਰ ਫਿਰ ਉੱਪਰ ਵਾਲਾ ਜਾਲਾ ਥੱਲੇ ਸੈੱਟ ਕੀਤਾ। ਹੁਣ ਭਾਈਆਂ ਨੂੰ ਖਾਣਾ ਕਿਵੇਂ ਸੈਟਿੰਗ ਕੀਤੀ ਹੈ, ਕੀ ਕੀਤਾ। ਵੇਖੋ ਜੀ, ਸਾਰੀਆਂ ਲਾਈਟਾਂ ਇਹ ਜੀ, ਉੱਪਰ ਵਾਲਾ ਜਾਲਾ ਥੱਲੇ ਆ ਗਿਆ ਕਿਉਂਕਿ ਨੀਚੇ ਵਾਲੇ ਜਾਲੇ ਦੀਆਂ ਬਣੀਆਂ ਸੀ ਸਾਡੀਆਂ ਸਾਰੀਆਂ ਫਰੇਮਾਂ, ਸਾਰਾ ਕੁਝ ਬਣਿਆ ਸੀ। ਇਸ ਵਾਸਤੇ ਇਹ ਥੱਲੇ ਰੱਖ ਦਿੱਤਾ ਜੀ। ਇਹਦੀ ਹੁਣ ਬੈਕ ਲਾਵਾਂਗੇ ਅਤੇ ਇੱਥੇ ਨਾਲ ਸੈੱਟ ਕਰ ਦਿਆਂਗੇ। ਇੱਕ ਇੱਕ ਉੱਪਰ ਬਾਹਰ ਲੱਗ ਜਾਏਗਾ ਅਤੇ ਥੱਲੇ ਸੈੱਟ ਹੋ ਜਾਏਗਾ। ਟੈਨਸ਼ਨ ਕੋਈ ਨਹੀਂ ਹੋਣੀ ਕਿਉਂਕਿ ਫਿਰ ਇਹ ਨਾਲ ਸੈੱਟ ਹੋ ਜਾਏਗਾ, ਇੱਥੇ ਜੋੜੇ ਛੋੜ ਸਕਦੇ ਹਾਂ ਅਸੀਂ ਆਪਣੇ, ਕਿਉਂਕਿ ਜੋੜੇ ਮੈਂ ਤੁਹਾਨੂੰ ਪਤਾ ਮੇਰੇ ਕੋਲ ਕਾਫੀ ਜ਼ਿਆਦਾ ਜਗ੍ਹਾ ਕੋਈ ਨਹੀਂ ਬਣ ਰਹੀ, ਇਸ ਵਜ੍ਹਾ ਤੋਂ ਫਿਰ ਇਹ ਸਿਸਟਮ ਬਣਿਆ ਹੈ। ਬਾਕੀ ਉੱਪਰ ਫਿਰ ਇਨਸ਼ਾਅੱਲਾ ਹੁਕਮ ਨਾਲ ਸਿਰਫ ਅਸਾਂ ਇੱਕ ਸੈੱਟ ਡੋਲੀ ਰੱਖਣੀ ਹੈ, ਬਾਕੀ ਸੈੱਟਾਂ 'ਤੇ ਗ੍ਰਿਲ ਘੁਮਾ ਕੇ ਫੱਟਾ ਲਾਵਾਂਗੇ ਤਾਂ ਕਿ ਮਸਲਾ ਨਾ ਬਣੇ। ਦੇਖੋ ਨਾ, ਸਾਡੀ ਛੱਤ ਵੀਰਾਨ ਹੋ ਗਈ ਹੈ, ਇਹ ਫੱਟੇ ਲਾ ਦਿੱਤੇ ਨੇ। ਅਜੇ ਕਬੂਤਰ ਸ਼ਬੂਤਰ ਨਹੀਂ ਖੋਲ੍ਹੇ ਕਿਉਂਕਿ ਰਾਤ ਨੂੰ ਬਾਰਿਸ਼ ਬੜੀ ਹੋਈ ਹੈ। ਹੁਣ ਮੈਂ ਤੁਹਾਨੂੰ ਪਰਵਾਜ਼ੀ ਕਬੂਤਰਾਂ ਦਾ ਸ਼ੋਅ ਕਰਾਉਂਦਾ ਜਿੱਥੇ ਸੱਟੇ ਜਗ੍ਹਾ ਨਾ ਹੋਣ ਦੇ ਬਾਵਜੂਦ ਜਿਹੜਾ ਸਾਡਾ ਬਜਟ ਵਾਲਾ ਕਮਰਾ ਹੈ ਅਸਾਂ ਉੱਥੇ ਸੱਟ ਦਿੱਤੇ ਨੇ। ਕੁਛ ਫਰੇਮਾਂ ਪਈਆਂ ਨੇ, ਸਾਡੇ ਵੇਚਣ ਦਾ ਖਾਣਾ ਹੈ। ਇਹ ਸਾਡਾ ਬਾਜਰੇ ਵਾਲਾ ਕਮਰਾ ਭਾਈ, ਬਾਜਰੇ ਵਾਲਾ। ਇੱਥੇ ਦੇਖੋ ਸੱਟੇ ਨੂੰ ਕਬੂਤਰ ਆਪਣੇ, ਕੋਈ ਭਾਈ ਸਾਡੇ ਕੋਲ ਪ੍ਰੋਪਰ ਜਗ੍ਹਾ ਨਹੀਂ ਹੈ ਇੱਥੇ, ਸਿਰਫ ਦਾਣੇ ਵਾਲੀ ਸਾਡੀ ਜਗ੍ਹਾ ਕਿਉਂਕਿ ਉਸ ਸਾਈਡ 'ਤੇ ਚਾਹੁੰਦੀ ਸੀ, ਇਸ ਵਿੱਚ ਉਸ ਸਾਈਡ 'ਤੇ ਦਾਣਾ ਨਹੀਂ ਰੱਖਿਆ ਸਾਨੂੰ। ਕਬੂਤਰ ਸਾਰੇ ਫਿਰ ਇੱਥੇ ਫੈਂਕੇ ਨੇ, ਕੁਝ ਵਿੱਚ ਪਕੜੇ ਕਬੂਤਰ ਸਿਪਾਹੀ ਉਹ ਵਿੱਚ ਨੇ ਕਿਉਂਕਿ ਅਜੇ ਉਡਾਈ ਕੋਈ ਨਹੀਂ, ਅਸਾਂ ਹੁਣ ਉਡਾਵਾਂਗੇ ਅਤੇ ਇਨਸ਼ਾਅੱਲਾ ਫਿਰ ਗੱਲ ਬਣੇਗੀ। ਕਿਉਂਕਿ ਤਕਰੀਬਨ 8-9 ਫੁੱਲ ਵੰਡੇ ਵਾਲੇ ਕਬੂਤਰ ਨੇ ਭਾਈ, ਜਿਹੜੇ ਅਜੇ ਸਾਡੇ ਕੋਲ ਲੱਗੇ ਕੋਈ ਨਹੀਂ ਫੁੱਲ, 8-9 ਉਹ ਨੇ ਅਤੇ ਬਾਕੀ 4-5 ਕਬੂਤਰ ਪਕੜੇ ਹੋਏ ਸੀ, ਵਿੱਚ ਹੀ ਪੇ ਰਹੇ ਨੇ, ਉਡਾਈ ਕੋਈ ਨਹੀਂ। ਇਸ ਵਜ੍ਹਾ ਤੋਂ ਨਾ ਕੰਮ ਖਰਾਬ ਹੋ ਗਿਆ। ਅੱਜ ਮੌਸਮ ਬੜਾ ਪਿਆਰਾ ਜੀ, ਕੱਲ੍ਹ ਬਾਰਿਸ਼ ਹੋਈ ਹੈ। ਬਾਕੀ ਇਸ ਨਾਲ ਮਾਨ ਖਾਨ ਨੇ ਜ਼ਿਆਦਾ ਦਿਓ ਇਨਸ਼ਾਅੱਲਾ। ਹੁਣ ਦੁਕਾਨ 'ਤੇ ਚੱਲੀਏ, ਕੋਈ ਕੰਮ ਸ਼ੰਮ ਕਰੀਏ।